ਬੀਤੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ HS ਫੂਲਕਾ ਦੁਆਰਾ ਸੋਸ਼ਲ ਮੀਡੀਆ ਉੱਤੇ ਪਾਈ ਗਈ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਫੂਲਕਾ ਪਾਰਟੀ ਦੇ ਵਿੱਚ ਟਿਕਟਾਂ ਦੀ ਵੰਡ ਲਈ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਅਤੇ ਆਪਣੇ ਆਪ ਨੂੰ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਦੱਸ ਰਹੇ ਨੇ। ਇਸ ਵੀਡੀਓ ਤੋਂ ਫੂਲਕਾ ਦੀ ਪਾਰਟੀ ਦੇ ਪ੍ਰਤੀ ਨਾਰਾਜ਼ਗੀ ਬਾਰੇ ਸ਼ੰਕੇ ਖੜ੍ਹੇ ਹੋ ਰਹੇ ਨੇ। ਵੇਖਦੇ ਇਸ ਬਾਰੇ ਸਾਡੀ ਇੱਕ ਰਿਪੋਰਟ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 'ਚ ਕੁਝ ਠੀਕ ਨਹੀਂ ਚੱਲ ਰਿਹਾ। ਆਪ ਦੇ ਨੇਤਾ ਅਤੇ ਵਕੀਲ HS ਫੂਲਕਾ ਵੱਲੋਂ ਜਾਰੀ ਕੀਤਾ ਗਿਆ ਇੱਕ ਵੀਡੀਓ ਜਿਸ ਵਿੱਚ ਫੂਲਕਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਲੀਡਰ ਨਹੀਂ ਬਲਕਿ ਇੱਕ ਆਮ ਜਿਹਾ ਵਰਕਰ ਦੱਸ ਰਹੇ ਨੇ। ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ। ਵੀਡੀਓ ਵਿੱਚ ਫੂਲਕਾ ਦਾ ਕਹਿਣਾ ਹੈ ਕਿ ਕਈ ਲੋਕ ਉਹਨਾਂ ਨੂੰ ਪੰਜਾਬ ਦੇ ਵਿੱਚ ਚੋਣਾਂ ਲਈ ਟਿਕਟਾਂ ਮੰਗ ਰਹੇ ਨੇ, ਪਰ ਉਹਨਾਂ ਸਾਫ਼ ਕੀਤਾ ਹੈ ਕਿ ਉਹਨਾਂ ਕੋਲ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈ। ਉਹ ਆਪ ਦੀ ਕਿਸੇ ਵੀ ਕਮੇਟੀ ਦੇ ਮੈਂਬਰ ਹੁਣ ਨਹੀਂ ਰਹੇ। ਦੋਸਤੋ, ਅੱਜ ਕੱਲ੍ਹ ਪੰਜਾਬ ਦੇ ਵਿੱਚ ਆਪਣੀ ਪਾਰਟੀ ਵੱਲੋਂ ਟਿਕਟਾਂ ਦੇਣ ਦਾ ਦੌਰ ਚੱਲ ਰਿਹਾ ਔਰ ਬੜਾ ਤੇਜ਼ ਹੋ ਗਿਆ। ਤੁਹਾਡੇ 'ਚੋਂ ਕਈ ਲੋਕ ਮੈਨੂੰ ਕੰਟੈਕਟ ਕਰਦੇ ਆ ਕਿ ਤੁਹਾਨੂੰ ਮਿਲਣਾ, ਔਰ ਮੈਂ ਉਹਨਾਂ ਨੂੰ ਮਨਾ ਕਰਦਾ। ਕਈ ਉੱਥੇ ਲੁਧਿਆਣੇ ਵਾਲੇ ਦਫ਼ਤਰ ਜਾ ਕੇ ਬੈਠੇ ਆ, ਕਈ ਵਿੱਚੋਂ ਇੱਥੇ ਦਿੱਲੀ ਪਹੁੰਚ ਗਏ, ਔਰ ਜਦੋਂ ਮੈਂ ਤੁਹਾਨੂੰ ਮਿਲਣੋਂ ਮਨਾ ਕਰਦਾ ਤਾਂ ਤੁਹਾਨੂੰ ਲੱਗਦਾ ਕਿ ਮੈਨੂੰ ਪਤਾ ਨਹੀਂ ਕਿੰਨਾ ਘਮਾਂਟਾ, ਮੈਂ ਕਿਉਂ ਨਹੀਂ ਮਿਲ ਰਿਹਾ। ਦੋਸਤੋ, ਦਰਅਸਲ ਗੱਲ ਇਹ ਆ, ਇਹ ਟਿਕਟਾਂ ਦੇਣ ਦੀ ਪ੍ਰਕਿਰਿਆ ਦੇ ਵਿੱਚ ਮੇਰਾ ਕੋਈ ਰੋਲ ਨਹੀਂ। ਇਹ ਹੁਣ ਇਸ ਟਾਈਮ ਪੰਜਾਬ ਦੇ ਕਨਵੀਨਰ ਸਰ ਸੁੱਚਾ ਸਿੰਘ ਛੋਟੇਪੁਰ ਜੀ ਨੇ, ਇਹ ਤੁਸੀਂ ਜਾ ਕੇ ਉਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਉਹਨਾਂ ਦਾ ਹੀ ਰੋਲ ਹੈ। ਦੇਖੋ, ਜੋ ਇੱਕ ਕਮੇਟੀ ਕੰਪੇਨ ਕਮੇਟੀ ਬਣਾਈ ਹੈ, ਮੈਂ ਉਹ 'ਚ ਮੈਂਬਰ ਨਹੀਂ ਹਾਂ। ਉਦੋਂ ਬਾਅਦ ਸਕਰੀਨਿੰਗ ਕਮੇਟੀ ਬਣਾਈ ਹੈ, ਮੈਂ ਉਹ 'ਚ ਮੈਂਬਰ ਨਹੀਂ ਹਾਂ। ਮੈਨੀਫੈਸਟੋ ਕਮੇਟੀ ਬਣਾਈ ਹੈ, ਮੈਂ ਉਹਦੇ 'ਚ ਵੀ ਮੈਂਬਰ ਨਹੀਂ ਹਾਂ। ਇਸ ਉੱਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਡੀਓ ਨੂੰ ਲੈ ਕੇ ਕੁਝ ਇਸ ਤਰ੍ਹਾਂ ਕਿਹਾ ਹੈ। ਫੂਲਕਾ ਸਾਹਿਬ ਨੇ ਬਹੁਤ ਕੁਛ ਮਹੀਨੇ ਪਹਿਲਾਂ ਖੁਦ ਹੀ ਆਪਣੇ ਆਪ ਨੂੰ ਇਹ ਕਿਹਾ ਸੀਗਾ ਕਿ ਮੈਂ ਕਿਉਂਕਿ 84 ਦੇ ਕੇਸ ਸਾਨੂੰ ਲੜ ਰਿਹਾ ਅਤੇ ਮੈਂ ਉਹਨਾਂ ਨੂੰ UNO ਤੱਕ ਲੈ ਕੇ ਜਾ ਰਿਹਾ, ਕਿਉਂਕਿ ਮੈਂ ਟਾਈਮ ਨਹੀਂ ਕੱਢ ਪਾ ਰਿਹਾ। ਇਸ ਕਰਕੇ ਮੈਂ ਪਾਰਟੀ ਦੀ ਜਿਹੜੇ ਅਹੁਦੇ ਨੇ ਉਹ ਛੱਡੇ ਸੀ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਕਾਂਗਰਸ ਵਿੱਚ ਜਾਣ ਬਾਰੇ ਉਡਾਈ ਜਾ ਰਹੀ ਅਫਵਾਹ ਉੱਤੇ ਵੀ ਬੋਲਦਿਆਂ ਕਿਹਾ ਹੈ ਕਿ ਡੁੱਬਦੇ ਜਹਾਜ਼ ਵਿੱਚ ਕੋਈ ਨਹੀਂ ਚੜ੍ਹਦਾ। ਬਹੁਤ ਹੀ ਹਾਸੋਹੀਣੀ ਗੱਲ ਹੈ ਜੀ, ਡੁੱਬਦੇ ਜਹਾਜ਼ 'ਚ ਕੌਣ ਚੜ੍ਹਦਾ ਹੈ? ਠੀਕ ਹੈ ਨਾ, ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਕਾਂਗਰਸ ਜਾਣਾ ਹੁੰਦਾ ਤਾਂ ਉਦੋਂ ਹੀ ਚਲੇ ਜਾਂਦੇ ਜਦੋਂ ਮਨਪ੍ਰੀਤ ਬਾਦਲ ਕਹਿੰਦਾ ਸੀ ਕਾਂਗਰਸ ਨਾਲ ਸਮਝੌਤਾ ਕਰਨਾ। ਸੋ ਮੈਂ ਦਲ ਬਦਲ ਨਹੀਂ ਆਇਆ, ਮੈਂ ਕੋਈ ਰਾਜਨੀਤੀ ਕਰਨੀ ਆਇਆ ਸੀ, ਲੋਕਾਂ ਨੂੰ ਸ਼ਕਤੀਆਂ ਦੇਣ ਆਇਆ। ਇਹ ਬਹੁਤ ਹੀ ਗੁੰਮਰਾਹਕੁਨ ਪ੍ਰਚਾਰ। ਆਨੇ ਇਹ ਵੀ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਦਿਨ ਬ ਦਿਨ ਇਮਾਨਦਾਰ ਲੋਕਾਂ ਦਾ ਆਉਣਾ ਜਾਰੀ ਹੈ ਅਤੇ ਉਹਨਾਂ ਦਾ ਕਾਫ਼ਿਲਾ ਲਗਾਤਾਰ ਵੱਧ ਰਿਹਾ ਹੈ। ਦੇਖੋ, ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਹੈ। ਆਮ ਆਦਮੀ ਪਾਰਟੀ ਚੰਗੇ ਲੋਕਾਂ ਦਾ, ਇਮਾਨਦਾਰ ਲੋਕਾਂ ਦਾ ਇੱਕ ਸਮੂਹ ਹੈ। ਸਾਡੇ ਕੋਲ ਵਕੀਲ ਆ ਰਹੇ ਨੇ, ਡਾਕਟਰ ਆ ਰਹੇ ਨੇ, ਪੱਤਰਕਾਰ ਆ ਰਹੇ ਨੇ, ਕਲਾਕਾਰ ਆ ਰਹੇ ਨੇ। ਸੋ ਆਮ ਆਦਮੀ ਪਾਰਟੀ ਨੇ ਪਹਿਲਾਂ ਕਿਹਾ ਸੀ ਕਿ ਚੰਗੇ ਲੋਕਾਂ ਦਾ ਕਾਫਲਾ ਬਣਾਵਾਂਗੇ ਅਤੇ ਅਸੀਂ ਇਸ ਸਿਲਸਿਲੇ 'ਚ ਅੱਜ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।